ਬੁਲਾਣਾ ਚਾਹੁੰਦਾ ਹਾਂ ਸਾਡੇ ਬਹੁਤ ਹੀ ਸੁਰੀਲੇ ਗਾਇਕ ਨੇ, ਬਹੁਤ ਨੇ ਆਪਣੇ ਮੇਰੇ ਯਾਰ ਦੋਸਤ ਨੇ, ਸਟਰਗਲ ਵੀ ਕਰ ਰਹੇ ਨੇ, ਬਹੁਤ ਵਧੀਆ ਵਧੀਆ ਗਾਣੇ ਗਾਉਂਦੇ ਨੇ। ਮੈਂ ਉਹਨਾਂ ਚੋਂ ਇੱਕ ਆਪਣੇ, ਹਾਂਜੀ ਮੈਂ ਤਾਂ ਕਹਿੰਦਾ ਕਿ ਨਿੱਕੂ ਭਾਜੀ ਆਉਣ ਤਾਂ ਵਧੀਆ ਗੱਲ ਹੈ, ਜੇ ਲਵੀ ਜੀ ਵੀ ਆ ਜਾਣ ਤਾਂ ਉਹ ਤੋਂ ਵੀ ਵਧੀਆ ਗੱਲ ਹੈ। ਸੋ ਮੈਂ ਸਟੇਜ ਤੇ ਬੁਲਾਉਣਾ ਚਾਹੁੰਦਾ ਸਾਡੇ ਮੇਰੇ ਛੋਟੇ ਵੀਰ ਲਵੀ ਵਿਦੇਸ਼ਾ ਜੀ, ਬਹੁਤ ਸੁਰੀਲੀ ਆਵਾਜ਼ ਹੈ, ਬਹੁਤ ਜ਼ੋਰਦਾਰ ਤਾੜੀ ਮਾਰ ਕੇ ਸਵਾਗਤ ਕੀਤਾ ਜਾਵੇ ਪਲੀਜ਼, ਸਾਰਿਆਂ ਨੂੰ ਕਹਿੰਦਾ ਇੱਕ ਜ਼ੋਰਦਾਰ ਤਾੜੀਆਂ। ਬਹੁਤ ਬਹੁਤ ਮੁਬਾਰਕਾਂ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਂਟ ਐਂਟਰਟੇਨਮੈਂਟ ਦੀ ਫਸਟ ਐਨਵਰਸਰੀ, ਸਾਡੇ ਵੱਲੋਂ ਵੀ ਲੱਖ ਲੱਖ ਮੁਬਾਰਕਾਂ ਨੇ ਬਾਈ। ਹੋ ਪੈਸੇ ਦੀਆਂ ਚੋਰਾਂ ਤੇ ਕਈ ਸਟਾਰ ਬਣ ਗਏ ਨੇ, ਹੱਥਾਂ ਵਿੱਚ ਤੁੰਬੀ ਕਲਾਕਾਰ ਬਣ ਗਏ। ਆਕੜ ਸਾਂਭੀ ਨੀ ਜਾਂਦੀ ਮੇਰੇ ਜਨਮਿਆਂ ਤੋਂ, ਉਹ ਇੱਥੇ ਸਾਜ ਖੜਕਦੇ ਨੇ ਨਾਨਕ ਦੇ ਸਮਿਆਂ ਤੋਂ। ਤੂੰ ਪਹਿਲਾਂ ਨੀ ਮਿੱਤਰਾ, ਨਿੱਤ ਟੀਵੀ ਦੇ ਗਾਣੇ ਆਉਂਦੇ ਨੇ, ਬੰਦੂਕਾਂ ਮਾਰ ਦਿਆਂਗੇ, ਇਹ ਕਰ ਦਿਆਂਗੇ, ਵੋ ਕਰ ਦਿਆਂਗੇ, ਹਨਾ। ਹੋ ਗੁੱਸੇ ਖੋਰੇ ਬੰਦੇ ਕੋਲੇ ਅਸਲਾ ਨੀ ਚਾਹੀਦਾ, ਲੱਸੀ ਤੇ ਲੜਾਈ ਨੂੰ ਨਜਾਇਜ਼ ਨੀ ਵਧਾਈਦਾ। ਹੋ ਗੁੱਸੇ ਖੋਰੇ ਬੰਦੇ ਕੋਲੇ ਅਸਲਾ ਨੀ ਚਾਹੀਦਾ, ਲੱਸੀ ਤੇ ਲੜਾਈ ਨੂੰ ਨਜਾਇਜ਼ ਨੀ ਵਧਾਈਦਾ। ਹੋ ਮੁੰਡਿਆਂ ਦੇ ਕਾਲਜ ਅੱਗੇ ਠੇਕਾ ਨੀ ਚਾਹੀਦਾ, ਹੋ ਕੁੜੀਆਂ ਦੇ ਕਾਲਜ ਅੱਗੇ ਥਾਣਾ ਨੀ ਚਾਹੀਦਾ। ਹੋ ਭੈਣ ਘਰ ਭਾਈ ਮਾੜਾ, ਸਹੁਰੇ ਘਰ ਜਵਾਈ ਮਾੜਾ, ਹਾਕਮ ਦੀ ਗਾੜੀ ਮਾੜੀ, ਘੋੜੇ ਦੀ ਪਛਾੜੀ ਮਾੜੀ, ਕੇ ਚੌਂਕ ਜਿੱਚ ਮਾਰੇ ਨੂੰ ਮਾਰੀ ਨੀ ਚਾਹੀਦੀ, ਕੋਲੀ ਚੱਟ ਬੰਦੇ ਨਾਲ ਯਾਰੀ ਨੀ ਚਾਹੀਦੀ, ਕੇ ਫੁਕਰੇ ਜੇ ਬੰਦੇ ਨਾਲ ਯਾਰੀ ਨੀ ਚਾਹੀਦੀ। ਰਹਿ ਜਾਂਦੀਆਂ ਬੰਦੂਕਾਂ ਮੋਢੇ ਟੰਗੀਆਂ, ਹੋ ਤੁਰਨੇ ਡੱਬਾ ਚ ਰਹਿ ਜਾਂਦੇ ਬੱਤੀ ਬੋਰ ਨੇ, ਸੋਚਣਾ ਖਣਾ ਗੱਲ ਕਰੇ ਹਥਿਆਰਾਂ ਦੀ, ਹੋ ਜਿਹੜੇ ਮਾਰਦੇ ਨੇ ਬੰਦੇ ਕੋਈ ਹੋਰ ਨੇ, ਐਵੇਂ ਫੋਕੇ ਲਲਕਾਰੇ ਜਿਹੜੇ ਮਾਰਦੇ, ਉਹਨਾਂ ਟੋਣੇ ਕੀ ਅਖਾੜਿਆਂ ਚ ਮੱਲ ਨੇ। ਹੋ ਜਿਹਨਾਂ ਮਰਦਾਂ ਦੀ ਹਿੱਕ ਵਿੱਚ ਜੋਰਨਾ, ਉਹੀ ਕਰਦੇ ਨੇ ਅਸਲੇ ਦੀ ਗੱਲ ਓਏ। ਹੋ ਧਰਤੀ ਨੂੰ ਲਾ ਛੱਡ ਦਿੰਦੇ, ਹੋ ਬੰਦੇ ਦਰਵੇਸ਼ ਬੁਰੇ ਨੇ, ਧਰਤੀ ਨੂੰ ਲਾ ਛੱਡ ਦਿੰਦੇ, ਹੋ ਬੰਦੇ ਦਰਵੇਸ਼ ਬੁਰੇ ਨੇ। ਹੋ ਚੁੱਲਿਆਂ ਵਿੱਚ ਘਾਉ ਗਜਾਂਦਾ, ਕਤਲਾਂ ਦੇ ਕੇਸ ਬੁਰੇ ਨੇ, ਚੁੱਲਿਆਂ ਵਿੱਚ ਘਾਉ ਗਜਾਂਦਾ, ਕਤਲਾਂ ਦੇ ਕੇਸ ਬੁਰੇ ਨੇ, ਚੁੱਲਿਆਂ ਵਿੱਚ ਘਾਉ ਗਜਾਂਦਾ। ਦੁਸ਼ਮਣ ਦੀ ਲੋੜ ਨਾ ਪੈਂਦੀ, ਹੱਥੋਂ ਗਲਾ ਯਾਰ ਜੇ ਹੋਵੇ, ਹੋ ਕੱਖ ਦੀ ਨਾ ਇੱਜ਼ਤ ਰਹਿੰਦੀ, ਤੀਵੀਂ ਬਦਕਾਰ ਜੇ ਹੋਵੇ। ਹੋ ਵਸਦੇ ਘਰ ਕਬਰਾਂ ਹੋ ਜਾਣ, ਹੋ ਨਿੱਤ ਦੇ ਕਲੇਸ਼ ਬੁਰੇ ਨੇ, ਹੋ ਚੁੱਲਿਆਂ ਵਿੱਚ ਘਾਉ ਗਜਾਂਦਾ, ਕਤਲਾਂ ਦੇ ਕੇਸ ਬੁਰੇ ਨੇ, ਚੁੱਲਿਆਂ ਵਿੱਚ ਘਾਉ ਗਜਾਂਦਾ, ਕਤਲਾਂ ਦੇ ਕੇਸ ਬੁਰੇ ਨੇ, ਚੁੱਲਿਆਂ ਵਿੱਚ ਘਾਉ ਗਜਾਂਦਾ। ਸਿੱਖਿਆ ਆ 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
ਬਹੁਤ ਧੰਨਵਾਦ। ਉਹਨਾਂ ਤਾੜੀਆਂ ਮਾਰ ਕੇ ਸਵਾਗਤ ਕੀਤਾ ਜਾਵੇ ਇੱਕ ਨਿੱਕੀ ਜਿਹੀ ਉਮਰ ਦੇ ਵਿੱਚ ਅੱਡਾ ਸੋਹਣਾ ਗਾਣਾ ਗਾਣਾ ਉਧਮ ਸਿੰਘ ਜੀ ਦੇ ਲਈ ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਵੀਰ ਦਾ, ਛੋਟੇ ਵੀਰ ਦਾ, ਹਰਲੀਨ ਦਾ। ਸੋ ਤੁਹਾਡੇ ਸਾਹਮਣੇ ਜਿਹਨਾਂ ਦਾ ਮੈਂ ਨਾਂ ਨਹੀਂ ਸੀ ਲਿਆ ਉਹਨਾਂ ਨੂੰ ਮੈਂ ਮੂਹਰੇ ਬੁਲਾਉਣਾ ਚਾਹੁੰਦਾ। ਅੰਕਲ ਜੀ ਨੂੰ, ਹਾਂਜੀ ਹਾਂਜੀ ਜਦੋਂ ਵੀ ਕੁਰਬਾਨੀਆਂ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਅੱਗੇ ਨਾਮ ਆਉਂਦਾ ਪੰਜਾਬ ਦਾ। ਭਾਰਤ ਵਿੱਚ ਜੇਕਰ ਨਾ ਪੰਜਾਬ ਹੁੰਦਾ ਤਾਂ ਦੇਸ਼ ਨਾ ਹਜੇ ਆਜ਼ਾਦ ਹੁੰਦਾ। ਪੁੱਛ ਲੈ ਜਾ ਕੇ ਦਿੱਲੀ, ਲੰਡਨ ਤੇ ਫਿਰ ਲਾਹੌਰ ਨੂੰ, ਸਾਰਾ ਜੱਗ ਜਾਣਦਾ ਹੈ ਪੰਜਾਬੀਆਂ ਦੇ ਜ਼ੋਰ ਨੂੰ। ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਪੰਜਾਬੀ ਹੋਣ ਦੇ ਨਾਂ ਤੇ। ਥੈਂਕ ਯੂ ਜੀ। ਹੁਣ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਨ ਜਾ ਰਹੇ ਹਾਂ ਮੇਰਾ ਬਹੁਤ ਹੀ ਸੋਹਣਾ ਸੁਨੱਖਾ, ਮੇਰਾ ਯਾਰ ਨਿੱਕੂ ਹਿੱਟ ਤੁਹਾਡੇ ਸਾਹਮਣੇ। ਹਾਂਜੀ, ਸਿੰਗਿੰਗ ਕਰਦੇ ਨੇ, ਬਹੁਤ ਵਧੀਆ ਆਵਾਜ਼ ਹੈ। ਇਹਨੂੰ ਕੀ ਪਤਾ ਸਾਡੇ ਨਾਲ ਬੈਠੇ ਦਾ ਨਿੱਕੂ ਗਾਏਗਾ, ਇਹ ਕਿੰਨਾ ਸੋਹਣਾ ਗਾਣਾ, ਤੂੰ ਆ ਕੇ ਨਾ ਦੇਖ। ਹਾਂ, ਆ ਕੇ ਨਾ ਦੇਖ, ਪਹਿਲਾਂ ਨਿੱਕੂ ਨੂੰ ਵੀ ਪੁੱਛ ਲੋ ਕਿ ਗੋਲ ਗੱਪੇ ਖਾ ਕੇ ਆਏ ਨੇ, ਗੋਲ ਗੱਪੇ, ਮੋਮੋਸ ਤੇ ਸਮੋਸਾ, ਜੋ ਇੱਕ ਵਾਰੀ ਖਾਏ ਬਾਰ ਬਾਰ ਯਹੀ ਖਾਏ। ਗੋਲ ਗੱਪੇ, ਗੋਲ ਗੱਪੇ ਤਾਂ ਮੈਂ ਰੋਜ਼ ਖਾ ਕੇ ਜਾਂਦਾ ਇੱਥੇ, ਹੈਰੀ ਬਾਈ ਉਹਨਾਂ ਨੂੰ ਪਤਾ ਰੋਜ਼। ਜੇ ਗੋਲ ਗੱਪਾ ਨਹੀਂ ਖਾਂਦੇ ਤਾਂ ਪਾਣੀ ਦਾ ਜ਼ਰੂਰ ਪੀ ਜਾਂਦੇ ਆ ਜਾਂਦੇ ਜਾਂਦੇ, ਵੀ ਬਾਈ ਪਾਣੀ ਪਿਲਿਆ ਦੋ ਅੱਜ। ਹਾਂਜੀ, ਆਪਣਾ ਘਰ ਦਾ ਪ੍ਰੋਗਰਾਮ ਹੈ, ਸਾਰੇ ਭਾਈਆਂ ਦਾ ਸਾਂਝਾ, ਅਤੇ ਸ਼ੇਅਰ ਤੋਂ ਸਟਾਰਟ ਕਰੀਏ ਜਾਂ ਗੀਤ ਤੋਂ, ਦੱਸੋ ਬਾਈ। ਸ਼ੇਅਰ ਬਾਈ, ਹਾਂ ਜ਼ਰੂਰ ਆ ਜਾ ਲਗੀ। ਬਹੁਤ ਪਿੰਡਾਂ ਦੀ ਗੱਲ ਹੈ, ਪੁਰਾਣੇ ਸਮਿਆਂ ਦੀ ਗੱਲ ਹੈ, ਬਹੁਤ ਕੁਛ ਹੈ ਇਹਦੇ ਵਿੱਚ। ਸੋ ਧਿਆਨ ਹੈ, ਹਾਂਜੀ। ਲਵੀ ਮੇਰਾ ਯਾਰ ਹੈ, ਅਸੀਂ ਇਕੱਠੀ ਰਹਿੰਦੇ ਹਾਂ। ਹੈਲੋ, ਕੋਰਸ ਵਾਲੀ ਕੋਈ ਗੱਲ ਨਹੀਂ, ਮੈਂ ਵੀ ਬੋਲ ਦਿੰਦਾ ਇਹਦੇ ਪਿੱਛੇ, ਅਤੇ ਯਾਰੀ ਹੈ। ਹਾਂਜੀ, ਪਿੰਡੋਂ ਚੜ੍ਹਦੇ ਵੱਲ ਪਿੰਡ ਦੀ ਕਹਾਣੀ ਯਾਦ ਆਵੇ, ਪਿੰਡੋਂ ਚੜ੍ਹਦੇ ਵੱਲ ਪਿੰਡ ਦੀ ਕਹਾਣੀ ਯਾਦ ਆਵੇ। ਨਹਿਰ ਕੰਢੇ ਮਿੱਤਰਾਂ ਦੀ ਟਾਣੀ ਯਾਦ ਆਵੇ, ਨਹਿਰ ਕੰਢੇ ਮਿੱਤਰਾਂ ਦੀ ਟਾਣੀ ਯਾਦ ਆਵੇ। ਭੁੱਲੀਆਂ ਨਾ ਹਾਲੇ ਮੈਨੂੰ, ਤਾਸ਼ ਦੀਆਂ ਬਾਜ਼ੀਆਂ ਹਾਂ ਇੱਥੇ ਆਉਣ ਦੋ। ਭੁੱਲੀਆਂ ਨਾ ਹਾਲੇ ਮੈਨੂੰ, ਤਾਸ਼ ਦੀਆਂ ਬਾਜ਼ੀਆਂ ਹਾਂ। ਹੋੜਾਂ ਵਾਲੀ ਚਾਹ ਠੰਡੀ ਮਾਣੀ ਯਾਦ ਆਵੇ, ਠੰਡੀ ਮਾਣੀ ਯਾਦ ਆਵੇ। Thank you.
ਵੱਖਰਾ ਸਵਾਦ ਸੀ ਬਈ ਤਾੜਵੀਂ ਦੇ ਦੁੱਧ ਦਾ ਵੱਖਰਾ ਸਵਾਦ ਸੀ ਬਈ ਕਾੜਵੀਂ ਦੇ ਦੁੱਧ ਦਾ ਪੱਤਾ ਲੈ ਕੇ ਜਾਂਦੀ ਹੋਈ ਸਵਾਣੀ ਆਦੇ ਆਵੇ ਹੋ ਮੁਸ਼ਕ ਦੀ ਗੱਲ ਭੁੱਲਦੀ ਨਾ ਮੈਨੂੰ ਭੁੱਲਦੀ ਨਾ ਮੈਨੂੰ ਛਣਕਾਰਿਓ ਦੀ ਵੰਗ ਦੀ ਭੁੱਲਦੀ ਨਾ ਮੈਨੂੰ ਛਣਕਾਰਿਓ ਦੀ ਝਾਂਜਰ ਦੀ ਚਿੱਟਾ ਉਹਦਾ ਸੂਟ ਕਾਲੀ ਗਾਨੀ ਯਾਦ ਆਵੇ ਚਿੱਟਾ ਉਹਦਾ ਸੂਟ ਕਾਲੀ ਗਾਨੀ ਯਾਦ ਆਵੇ ਛੱਡ ਫਿਕਰ ਪੜ੍ਹਾਈ ਦੇ ਪ੍ਰਾਇਮਰੀ ਸਕੂਲਾਂ ਦੀ ਗੱਲ ਪ੍ਰਾਇਮਰੀ ਸਕੂਲਾਂ ਦੀ ਤੱਪੜ ਵਾਲਿਆਂ ਦੀ ਖੇਡਦੇ ਹੀ ਰਹਿਣਾ ਛੱਡ ਫਿਕਰ ਪੜ੍ਹਾਈ ਦੇ ਟੀਚਰਾਂ ਦੇ ਕੋਲੋਂ ਗੁੱਟ ਖਾਣੀ ਆਦੇ ਆਵੇ ਟੀਚਰਾਂ ਦੇ ਕੋਲੋਂ ਗੁੱਟ ਖਾਣੀ ਆਦੇ ਆਵੇ ਟੀਚਰਾਂ